ਸ਼੍ਰੀ ਸਰਬਲੋਕ ਗ੍ਰੰਥ ਦੀ ਵਿੱਚ ਵੀ ਥੋੜ੍ਹੀ ਜਿਹੀ ਆਪਾਂ ਪ੍ਰਮਾਣਿਤ ਗੱਲ ਕਰ ਰਹੀ ਹੈ, ਕਿਉਂਕਿ ਬੁੱਢੇ ਦਲ ਦੇ ਵਿੱਚ ਤਿੰਨੇ ਗ੍ਰੰਥਾਂ ਦਾ ਪ੍ਰਕਾਸ਼ ਹੁੰਦਾ। ਓਕੇ ਜੀ, ਸੋ ਸਰਬਲੋਕ ਗ੍ਰੰਥ ਬਾਰੇ, ਸ਼੍ਰੀ ਸਰਬਲੋਕ ਗ੍ਰੰਥ ਇੱਕ ਸਰਬਲੋਕ ਬੁੰਗਾ ਸੱਚਖੰਡ ਹਜ਼ੂਰ ਸਾਹਿਬ 'ਚ ਬਣਿਆ ਹੋਇਆ। ਅੱਛਾ ਜੀ, ਜਿੱਥੋਂ ਇਹ ਰਚਨਾ ਜੀ ਸ਼ੁਰੂ ਹੋਈ ਅਤੇ ਲਿਖਿਆ ਕਿੱਦਾਂ? ਗੁਰੂ ਗੋਬਿੰਦ ਸਿੰਘ ਜੀ ਨੇ। ਅੱਛਾ ਜੀ, ਉਹਦੇ ਵਿੱਚ ਸਾਨੂੰ ਮਹਾਰਾਜ ਨੇ ਮਟੀਰੀਅਲ ਵਰਲਡ ਦੀ ਨੌਲੇਜ ਦਿੱਤੀ ਹੈ। ਓਕੇ, ਕਿਉਂਕਿ ਹਰੇਕ ਚੀਜ਼ ਲੋਇਆ ਸਰਬਲੋਆ, ਈਵਨ ਬਾਡੀ 'ਚ ਵੀ ਹੈ। ਤੁਹਾਨੂੰ ਜਿਹੜੀ ਮਾਇਆ ਆਪਾਂ ਭਾਂਡੇ ਸਾਰੇ ਲੋਹੇ ਦੇ ਵਰਤਦੇ ਹਾਂ, ਜਿੰਨੀ ਵੱਡੀ ਤੋਂ ਵੱਡੀ ਕੋਈ ਆਈਟਮ ਜੀ ਉਹ ਲੋਹੇ ਤੋਂ ਬਗੈਰ ਨਹੀਂ ਆ, ਜਿਹਦੇ ਗਾਡਰ ਬਣਦੇ ਨੇ ਜਾਂ ਕੋਈ ਹੋਰ ਬਣਦੀ ਹੈ, ਦੂਜੀ ਤੀਜੀ ਬਾਟੇ ਜਾਂ ਜਿਹਦੇ 'ਚ ਆਪਾਂ ਛੱਕਦੇ ਹਾਂ, ਤੁਹਾਡਾ ਮਾਈਕ ਵੇਵ, ਜੋ ਮੀਨਸ ਆਇਰਨ ਇਜ਼ ਐਵਰੀਵੇਅਰ। ਇਹਨੂੰ ਕਹਿੰਦੇ ਸਰਬ ਲੋਹ, ਸਾਰਿਆਂ 'ਚ ਲੋਹ ਆ।